ਮੈਂ ਤੈਨੂੰ ਰੋਕ ਰਿਹਾ ਮੁੰਡੇ ਨੂੰ ਰੁਕਾ ਦੇਖੀਏ ਨਾ ਤੈਨੂੰ ਸਾਡੇ ਤੇ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਗਾਲ ਕੱਢੀ ਤੁਹਾਨੂੰ ਯਾਰ ਕਿਉਂ ਨਹੀਂ ਬੋਲਦਾ ਪੱਤਰਕਾਰ ਗਲਤ ਬੋਲਦਾ ਨਾ ਮੈਂ ਕਾਰਵਾਈ ਕਰੂੰਗਾ ਪੋਲੀਟੀਕਲ ਸਟੰਟ ਮਰਵਾਉਂਦੇ ਆ ਬੰਦੇ ਦੇਖੋ ਤੁਸੀਂ ਕੱਟ ਕਿੱਡੇ ਕਿੱਡੇ ਪੋਲੀਟੀਕਲ ਸਟੰਟ ਹੈ ਦੇਖੀਏ ਨਾ ਤੈਨੂੰ ਸਾਡੇ ਤੇ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਗਾਲ ਕੱਢੀ ਤੁਹਾਨੂੰ ਯਾਰ ਕਿਉਂ ਨਹੀਂ ਬੋਲਦਾ ਪੱਤਰਕਾਰ ਗਲਤ ਬੋਲਦਾ ਨਾ ਮੈਂ ਕਾਰਵਾਈ ਕਰੂੰਗਾ ਪੋਲੀਟੀਕਲ ਸਟੰਟ ਮਰਵਾਉਂਦੇ ਆ ਬੰਦੇ ਦੇਖੋ ਤੁਸੀਂ ਕੱਟ ਕਿੱਡੇ ਕਿੱਡੇ ਪੋਲੀਟੀਕਲ ਸਟੰਟ ਰੋਕ ਰਿਹਾ ਮੁੰਡੇ ਨੂੰ ਰੁਕਾ ਦੇਖੀਏ ਨਾ ਤੈਨੂੰ ਰਿਕੁਐਸਟ ਆਰਾਮ ਨਾਲ
ਸਾਡੇ ਤੇ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ। ਕਿਹਨੇ ਗਾਲ ਕੱਢੀ ਤੁਹਾਨੂੰ? ਯਾਰ ਕਿਉਂ ਬੋਲਦਾ? ਚੁੱਪ ਨਹੀਂ ਕਰਨਾ ਜੀ। ਜੀ ਐਸੇ ਦੀ ਕਿਸੇ ਨੇ ਨਹੀਂ ਬੋਲਿਆ ਜਦੀ ਵੀ ਪੱਤਰਕਾਰ ਦੇ ਨਾਲ ਜੀ ਐਸੇ ਦੇ ਪੱਤਰਕਾਰ ਦੇ। ਉਹ ਜੀ ਮੈਂ ਤੁਹਾਡੇ ਉੱਤੇ ਸਾਰੇ ਬੰਦਿਆਂ ਨੂੰ ਆਪ ਹੱਥ ਫੜ ਫੜ ਕੇ ਅੰਦਰ ਵਸੀ ਪੜ ਫੋਨ ਲੈ ਕੇ ਗਿਆ ਜੀ। ਉਹਨੂੰ ਕਹਿ ਦਿਓ ਜੀ ਸਾਡੇ ਪ੍ਰਸ਼ਾਸਨ ਨਾਲ ਕੋਈ ਪ੍ਰਸ਼ਾਸਨ ਨੂੰ ਕਿਸੇ ਨੇ ਕੁਝ ਨਹੀਂ ਕੀਤਾ। ਆਓ ਜੀ ਆਪ ਐਸੇ ਲੂਜ਼ ਹੋ ਜਾਓ। ਪੱਤਰਕਾਰ ਗਲਤ ਬੋਲਦਾ ਨਾ ਮੈਂ ਕਾਰਵਾਈ ਕਰੂੰਗਾ। ਲਓ ਦੇਖੋ ਇਹ ਕਿਹੜਾ ਕਾਰਵਾਈ ਕਰ ਰਿਹਾ ਹੈ। ਬੰਦਾ ਪੋਲੀਟੀਕਲ ਸਟੰਟ ਹੈ। ਬੰਦਾ ਕਹਿੰਦਾ ਮੈਂ ਪੋਲੀਟੀਕਲ ਸਟੰਟ ਹੈ। ਆਪ ਐਸੇ ਕੰਟਰੋਲ ਬੰਦਾ ਕੇ ਬੰਦੇ ਦੇਖੋ ਤੁਸੀਂ ਕੱਟ ਕਿੱਡੇ ਕਿੱਡੇ। ਦੇਖੀਏ ਨਾ ਤੈਨੂੰ ਸਾਡੇ ਤੇ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ। ਗਾਲ ਕੱਢੀ ਤੋਂ ਯਾਰ ਕਿਉਂ ਨਹੀਂ ਬੋਲਦਾ? ਚੁੱਪ ਨਹੀਂ ਕਰਨਾ ਜੀ ਐਸੇ ਦੀ ਕਿਸੇ ਨੇ ਨਹੀਂ ਬੋਲਿਆ ਜਦੀ ਵੀ ਪੱਤਰਕਾਰ ਦੇ ਨਾਲ ਜੀ ਐਸੇ ਦੇ ਪੱਤਰਕਾਰ ਦੇ। ਉਹ ਜੀ ਮੈਂ ਤੁਹਾਡੇ ਉੱਤੇ ਸਾਰੇ ਕੋਪਰੇਟ ਕਰ ਸਕਦਾ। ਸਾਰੇ ਬੰਦਿਆਂ ਨੂੰ ਆਪ ਹੱਥ ਫੜ ਫੜ ਕੇ ਅੰਦਰ ਵਸੀ ਪੜ ਫੋਨ ਲੈ ਕੇ ਗਿਆ ਜੀ। ਉਹਨੂੰ ਕਹਿ ਦਿਓ ਜੀ ਸਾਡੇ ਪ੍ਰਸ਼ਾਸਨ ਨਾਲ ਕੋਈ ਪ੍ਰਸ਼ਾਸਨ ਨੂੰ ਕਿਸੇ ਨੇ ਕੁਝ ਨਹੀਂ ਕੀਤਾ। ਆਓ ਜੀ ਆਪ ਐਸੇ ਲੂਜ਼ ਹੋ ਜਾਓ। ਜਿਹੜਾ ਪੱਤਰਕਾਰ ਗਲਤ ਬੋਲਦਾ ਨਾ ਮੈਂ ਕਾਰਵਾਈ ਕਰੂੰਗਾ। ਲਓ ਦੇਖੋ ਇਹ ਕਿਹੜਾ ਕਾਰਵਾਈ ਕਰ ਰਿਹਾ ਹੈ। ਬੰਦਾ ਪੋਲੀਟੀਕਲ ਸਟੰਟ ਹੈ। ਬੰਦਾ ਕਹਿੰਦਾ ਮੈਂ ਪੋਲੀਟੀਕਲ ਸਟੰਟ ਹੈ। ਆਪ ਐਸੇ ਕੰਟਰੋਲ ਪੋਲੀਟੀਕਲ ਸਟੰਟ ਮਰਵਾਉਂਦੇ ਆ ਬੰਦੇ ਦੇਖੋ ਤੁਸੀਂ ਕੱਟ ਕਿੱਡੇ ਕਿੱਡੇ। ਕਰ ਰਹੇ ਹੋ ਨਹੀਂ ਕਰਾਂਗੇ ਕੋਈ ਗੱਲ।